ਮੇਰੇ ਵੀਰ ਭਗਤ ਸਿੰਘ ਸ਼ੇਰ ਵੇਨਾ ਲਦੀ ਦੁਨੀਆਂ ਤੇਰਾ ਵੇ ਪਰ ਸੋਚ ਤੇ ਖੜਦੀ ਨਾ ਸੋਣਿਓ ਵੇ ਤੇਰਾ ਲਿਖਿਆ ਪੜਦੀ ਨਾ ਸੋਣਿਓ ਵੇ ਲਿਖੇ ਆ ਪੜਦੀ ਨਾ ਤੇ ਕਿਵੇਂ ਜਿਹਾ ਲੱਗਦਾ ਵੀ ਇੰਡਸਟਰੀ ਦੇ ਵਿੱਚ ਕੋਈ ਇਦਾਂ ਦਾ ਕੋਈ ਵਾਪਿਆ ਹੋਵੇ ਜਾਂ ਇਸ ਤਰੀਕੇ ਨਾਲ ਤੁਹਾਨੂੰ ਲੱਗਦਾ ਹੋਵੇ ਵੀ ਆਹ ਹਰਡਲਸ ਆ ਜਿਹੜੀਆਂ ਵੀ ਜੇ ਮੈਂ ਮੁੰਡਾ ਹੁੰਦੀ ਤਾਂ ਵੀ ਮੇਰੀ ਮੇਰੇ ਰਾਹ 'ਚ ਆਦਿਕਤਾ ਨਹੀਂ ਹੋਣੀ ਸੀ ਵੀ ਜਿਹੜੀਆਂ ਕੁੜੀ ਹੋਣ ਕਰਕੇ ਆ ਗਈਆਂ ਇੱਕ ਕੁੜੀ ਲਈ ਫੈਮਿਲੀ ਦੀ سپورਟ ਹੋਣੀ ਮੈਨੂੰ ਲੱਗਦਾ ਸਭ ਤੋਂ ਵੱਧ ਜੀ ਜੀ ਨਜ਼ਰ ਤੁਹਾਡੀ ਫੈਮਲੀ ਤੁਹਾਡੇ ਨਾਲ ਆ ਹਨਾ ਤੁਹਾਡੇ ਮਾਪੇ ਸਾਰੇ ਜੀ ਨਜ਼ਰ ਇਸ ਇੰਡਸਟਰੀ ਚ ਮੈਨੂੰ ਲੱਗਦਾ ਕਿ ਇੱਕ ਕੁੜੀ ਨੂੰ ਮਾਪਿਆਂ ਦੀ سپورਟ ਹੋਣੀ ਜੇ ਹੈਗੀ ਆ ਤਾਂ ਉਹ ਕੁੜੀ ਸਟੈਂਡ ਆਦਰਵਾਇਜ਼ ਤੇ ਅਮਰਦੀਪ ਜਿਹੜਾ ਉਹਨਾਂ ਨੇ ਜਿਹੜੀ ਤੁਸੀਂ ਕੈਸਟ ਕੀਤੀ ਆ ਤੇ ਗੀਤ ਵੀ ਹਨਾ ਉਹਨਾਂ ਦੇ ਲਿਖੇ ਹੋਏ ਸੀ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਨਾਲ ਕੰਟੀਨਿਊ ਨਹੀਂ ਕੀਤਾ ਹਨਾ ਉਹਦਾ ਕੀ ਕਾਰਨ ਰਿਹਾ ਜੜ ਕੋ ਮੁਲਈ ਨਾ ਵਾਰੇ ਕਿਸ ਕਮ ਦੀ ਜਵਾਨੀ ਐ ਕਿਸ ਕਮ ਦੀ ਜਵਾਨੀ ਜੜੇ ਸੌ ਕੇ ਰੋਜ guzari ਕਿਸ ਕਮ ਦੀ ਜਵਾਨੀ ਐ ਕਿਸ ਕਮ ਦੀ ਜਵਾਨੀ ਤੇ ਜੜੇ ਪਏ ਨਸ਼ੇ ਆ ਤੇ ਮਾਰੀ ਕਿਸ ਕਮ ਦੀ ਜਵਾਨੀ ਐ ਕਿਸ ਕਮ ਦੀ ਜਵਾਨੀ ਔਰ ਮੈਂ ਨਾ ਪਿਛਲੇ ਇੱਕ ਇੰਟਰਵਿਊ ਤੇ ਇਹ ਕਿਹਾ ਕਿ ਮੈਂ ਮਤਲਬ ਜਾਤੀਵਾਦ ਤੇ ਕੋਈ ਗਾਣਾ ਨਹੀਂ ਗਾਉਣਾ ਉਹ ਹੈਪੀ ਰਾਈਕੋਟੀ ਉਹਨਾਂ ਦੇ ਲਿਖਿਆ ਹੋਇਆ ਗਾਣਾ ਸੀ ਔਰ ਇਹਦੇ ਚ ਇਹ ਸੀ ਕਿ ਸੋਣਾ ਤੇ ਸੁਨੱਖਾ ਉਤੋਂ ਜੱਟ ਸੋਹਣੇ ਵੀ ਜੱਟ ਕਾ ਦਾ ਜਮਾ ਤੋਰ ਪੱਟ ਸੋਹਣੇ ਆ ਬਸ ਇੰਨੀ ਕੀ ਗੱਲ ਸੀ ਕਿ ਮੈਨੂੰ ਕਮੈਂਟਸ ਆਏ ਕਿ ਹਾਂ ਤੁਸੀਂ ਇਹ ਗਾਣਾ ਵੀ ਤੁਸੀਂ ਤਾਂ ਜਾਤੀਵਾਦ ਨੂੰ ਬਹੁਤ ਅੱਛਾ ਕਰਦੇ ਸੀ ਕਿ ਹਰ ਵਲੇ ਆਕੜਾ ਚਰੇ ਵੜਿਆ ਕਦੀ ਹੋਰ ਤੂੰ ਕਰੀ ਮੇਰਾ ਵੀ ਤੇ ਦਿਲ ਹੋਣਾ ਬਹੁਤ ਦੁਖਦਾ ਤਾਂ ਵੀ ਜਨੀਆਂ ਜਰੀ ਹਰ ਇੱਕ ਤੇਰੇ ਮੈਂ ਤੇ ਗਲ ਹੈ ਯਾ ਹੱਸ ਸੈਣਵਾੜੀ ਸੇ ਹਸਣ ਬੋਲੀ ਸੀ ਹੁਣ ਵਕ ਹੋਇ ਤਾ ਤੂੰ ਬੈ ਕੇ ਸੋਚ ਲਈ ਤੇਰੀ ਗਲਤੀ ਤੇ ਮੈਂ ਸੋਰੀ ਕਹਿਣ ਵਾਲੀ ਸੀ ਹੁਣ ਵਕ ਹੋਇ ਤਾ ਤੂੰ ਬੈ ਕੇ ਸੋਚ ਲਈ ਤੇਰੀ ਗਲਤੀ ਤੇ ਮੈਂ ਸੋਰੀ ਕਹਿਣ ਵਾਲੀ ਸੀ ਸਤਿ ਸ਼੍ਰੀ ਅਕਾਲ ਆਜ਼ਾਦ ਟੀਵੀ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਜੈਸਮੀਨ ਮੀਨੂ ਪ੍ਰੋਗਰਾਮ ਕੁਝ ਕਿਰਦਾਰ ਕੁਝ ਕਹਾਣੀਆਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਜਿਹੜੀ ਇਹ ਕਹਾਣੀ ਆ ਅੱਜ ਦੇ ਜਿਹੜੇ ਕਿਰਦਾਰ ਦੇ ਨਾਲ ਤੇ ਅੱਜ ਦੇ ਜਿਹੜੇ ਕਲਾਕਾਰ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਰੂਬਰੂ ਕਰਵਾਉਣ ਜਾ ਰਹੇ ਹਾਂ ਅੱਜ ਦੀ ਇਹ ਇੰਟਰਵਿਊ ਬਹੁਤ ਖਾਸ ਹੋਣ ਵਾਲੀ ਹੈ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਇੱਕ ਗੀਤ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਹੋ ਜਿਹਾ انسان ਹੋਊਗਾ ਜਿਨੇ ਉਹ ਗੀਤ ਨਾ ਸੁਣਿਆ ਹੋਊਗਾ ਮੇਰੇ ਵੀਰ ਭਗਤ ਸਿੰਘ ਸ਼ੇਰ ਆਵੇ ਅ ਔਰ ਉਹ ਗੀਤ ਗਾਉਣ ਵਾਲੀ ਇੱਕ ਜਿਹੜੀ ਕੁੜੀ ਨਿੱਕੀ ਜਿਹੀ ਕੁੜੀ ਬੜੀ ਛੋਟੀ ਉਮਰ ਦੇ ਵਿੱਚ ਉਸਨੇ ਇਹ ਗੀਤ ਗਾਇਆ ਔਰ ਬੈਸਟ ਫੀਮੇਲ ਡੈਬਿਊ ਦਾ ਉਹਨਾਂ ਨੂੰ ਜਿਹੜਾ ਪੀਟੀਸੀ ਵੱਲੋਂ ਅਵਾਰਡ ਵੀ ਮਿਲ ਚੁੱਕਿਆ ਉਸ ਤੋਂ ਬਾਅਦ ਵੀ ਉਹਨਾਂ ਦੇ ਬਹੁਤ ਸਾਰੇ ਗੀਤ ਆਏ ਨੇ ਮੀਨੂ ਸਿੰਘ ਅੱਜ ਸਾਡੇ ਨਾਲ ਹਾਜ਼ਰ ਹੋਣਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਸਤਿ ਸ਼੍ਰੀ ਅਕਾਲ ਮੀਨੂ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਆਜ਼ਾਦ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਮੀਨੂ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਬਸ ਸੁਣਨੇ ਲੱਗ ਰਹੇ ਤੁਸੀਂ ਥੈਂਕ ਯੂ ਅੱਜ ਉਹ ਗੀਤ ਦੇ ਬਾਰੇ ਨਾ ਮੈਂ ਜਿਵੇਂ ਪਹਿਲਾਂ ਵੀ ਗੱਲ ਕਰ ਰਹੀ ਸੀ ਕਿ ਇੰਨਾ ਕੁ ਜ਼ਿਆਦਾ ਪਸੰਦ ਆ ਲੋਕਾਂ ਨੂੰ ਕੋਈ ਇਨក្លੱਬ ਵੀ ਇਹੋ ਜੀ ਸਟੇਜ ਨਹੀਂ ਹੋਣੀ ਕੋਈ ਪ੍ਰੋਗਰਾਮ ਨਹੀਂ ਹੋਣਾ ਜਿੱਥੇ ਉਹ ਗੀਤ ਨਾ ਚੱਲਦਾ ਹੋਵੇ ਕਿਵੇਂ ਜੇ ਅੱਜ ਇੰਨੇ ਸਾਲਾਂ ਬਾਅਦ ਜਦ ਤੁਸੀਂ ਦੇਖਦੇ ਹੋ ਹਨ ਜਾਂ ਦੁਬਾਰਾ ਉਸ ਗੀਤ ਨੂੰ ਸੁਣਦੇ ਹੋ ਉਸ ਗੀਤ ਪ੍ਰਤੀ ਤੁਹਾਡੀਆਂ ਆਪਦੀਆਂ ਭਾਵਨਾਵਾਂ ਕੀ ਨੇ ਮੇਰੇ ਸ਼ੁਰੂ ਤੋਂ ਹੀ ਜਦਾਂ ਸੋਚ ਰਹੀ ਆ ਕਿ ਮੈਂ ਕੋਈ ਇਸ ਤਰ੍ਹਾਂ ਦਾ ਇੰਡਸਟਰੀ ਨੂੰ ਜਾਂ ਨੌਜਵਾਨ ਪੀੜੀ ਨੂੰ ਉਹਦਾ ਦਾ ਇੱਕ ਕੁਛ ਸੁਨੇਹਾ ਦੇਵਾਂ ਜਿੰਦਾ ਸੇਧ ਮਿਲੇ ਹੂੰ ਹੂੰ ਕੁਛ ਸਿੱਖਣ ਨੂੰ ਮਿਲੇ ਮੇਰੇ ਸ਼ੁਰੂ ਤੋਂ ਹੀ ਹੋ ਰਿਹਾ ਸੋ ਬਹੁਤ ਅੱਛਾ ਲੱਗਦਾ ਜਦੋਂ ਕੋਈ ਅੱਛੀ ਸਟੇਜ ਤੇ ਆ ਅੱਛੇ ਸੁਣਨ ਵਾਲੇ ਸਰੋਤੇ ਪ੍ਰੇਜ਼ ਕਰਦੇ ਨੇ ਜਾਂ ਉਹ ਸੁਣਦੇ ਨੇ ਗਾਣਾ ਤਾਂ ਬਹੁਤ ਅੱਛਾ ਲੱਗਦਾ ਜੀ ਹਰ ਆਰਟਿਸਟ ਦੀ ਇੱਕ ਤਮੰਨਾ ਹੁੰਦੀ ਹੈ ਜਦੋਂ ਕਿਸੇ ਵੀ ਆਪਾਂ ਖੇਤਰ ਦੇ ਵਿੱਚ ਆਉਂਦੇ ਆ ਭਾਵੇਂ ਗਾਇਕੀ ਦੇ ਚ ਭਾਵੇਂ ਐਕਟਿੰਗ ਵਾਲੇ ਜਾਂ ਕਿਸੇ ਚ ਵੀ ਉਹਨਾਂ ਨੂੰ ਲੱਗਦਾ ਹੁੰਦਾ ਵੀ ਸਾਡੀ ਕੋਈ ਇੱਕ ਸ਼ਾਹਕਾਰ ਰਚਨਾ ਹੋਵੇ ਜਿਹੜੀ ਲੋਕਾਂ ਦੇ ਮੂੰਹ ਤੇ ਚੜੇ ਲੋਕਾਂ ਦੀਆਂ ਜ਼ੁਬਾਨਾਂ ਤੇ ਚੜੇ ਤੇ ਹਰ ਇੱਕ ਮਤਲਬ ਉਹਨੂੰ ਉਹਦੇ ਲਈ ਹਨਾ ਇਸ ਸਟੇਜ ਤੱਕ ਪਹੁੰਚਦੇ ਪਹੁੰਚਦੇ ਇੱਕ ਸ਼ਾਹਕਾਰ ਰਚਨਾ ਦਿੰਦੇ ਦਿੰਦੇ ਹਨਾ ਵੀ ਕੋਈ ਇਹੋ ਜੀ ਕਲਾ ਦਿੰਦੇ ਦਿੰਦੇ ਲੋਕਾਂ ਨੂੰ ਸਾਲਾਂ ਲੱਗ ਜਾਂਦੇ ਤੇ ਉਹ ਤੁਹਾਡਾ ਪਹਿਲਾ ਗੀਤ ਸੀਗਾ ਜੀ ਹਨਾ ਮੈਂ ਮੰਨਦੀ ਆ ਕਿ ਜੋ ਮੈਂ ਕੁਦਰਤ ਨੂੰ ਤੇ ਬਹੁਤ ਬਲੀਵ ਕਰਦੀ ਆ ਮਤਲਬ ਪਰਮਾਤਮਾ ਨੇ ਸਾਰਾ ਕੁਝ ਜਿਹੜਾ ਉਹ ਰਚਿਆ ਹੁੰਦਾ ਵੀ ਇਦਾਂ ਹੋਣਾ ਇੱਥੋਂ ਗਵਾਣਾ ਹਨਾ ਮਹਾਰਾਜ ਸਾਡੇ ਕੋਈ ਇਹ ਨਹੀਂ ਕਿ ਸਾਡੇ ਖੂਨ ਚ ਕੋਈ ਗਾਇਕੀ ਆ ਜਾਂ ਸਾਡੇ ਕੋਈ ਪੀੜੀਆਂ ਚ ਆ ਨਾ ਪਰਮਾਤਮਾ ਦੀ ਕੋਈ ਕਿਰਪਾ ਹੁੰਦੀ ਆ ਮੈਨੂੰ ਲੱਗਦਾ ਜਿਹੜੇ ਜਿੰਨੇ ਵੀ ਆਰਟਿਸਟ ਨੇ ਉਹ ਬlesed ਹੁੰਦੇ ਨੇ ਸਪੈਸ਼ਲ ਪਰਸਨ ਹੁੰਦੇ ਨੇ ਗੋਡ ਦੇ ਹਨਾ ਉਹ ਤੇ ਉਹਨਾਂ ਚ ਮੈਨੂੰ ਲੱਗਦਾ ਇੱਕ ਮੈਂ ਆ ਤੇ ਮੈਂ ਬਹੁਤ ਆਪੇ ਨੂੰ ਲੱਕੀ ਫੀਲ ਕਰਦੀ ਆ ਕਿ ਉਹ ਗਾਣਾ ਮੇਰੀ ਝੋਲੀ ਚ ਪਿਆ ਮੈਨ ਲਈ ਸਭ ਤੋਂ ਮਤਲਬ ਅੱਛੀ ਗੱਲ ਹੈ ਜੀ ਤੇ ਉਹ ਗੀਤ ਸਾਡੇ ਨਾਲ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਸਾਂਝਾ ਕਰੋ ਜੀ ਸਰ ਆ ਸੇਵ ਦੇ ਸੁਧੀ ਜਿੰਦੜੀ ਹੈ ਬੜੀ ਔਖੀ ਤੇ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਉਨਾਂ ਲੱਖ ਮੁਸੀਬਤਾਂ ਚਲਿਓ ਨੇ ਮੇਰੇ ਵੀਰ ਭਗਤ ਸਿੰਘ ਸ਼ੇਰ ਵੇ ਨਾ ਲੈਂਦੀ ਦੁਨੀਆਂ ਤੇਰ ਵੇ ਪਰ ਸੋਚ ਤੇ ਖੜਦੀ ਨਾ ਸੋਣ ਆਵੇ ਤੇਰਾ ਲਿਖਿਆ ਪੜਦੀ ਨਾ ਸੋਣੇ ਵੇ ਤੇਰਾ ਲਿਖਿਆ ਪੜਦੀ ਨਾ ਤੇਰਾ ਨਾ ਅਜ ਨੇਤਾ ਵੇਚ ਦੇਨੇ ਵੇ ਤੇਰਾ ਕਦ ਵੋਟਾਂ ਨਾਲ ਮੇਚ ਦੇਨੇ ਸਭ ਆਪਣੀ ਰੋਟੀ ਸੇਕਦਨੇ ਸਾਰੇ ਆਪਣੀ ਰੋਟੀ ਸੇਕਦਨੇ ਭੁੱਲ ਬੈਠੇ ਤੇਰੇ ਖਾਬ ਨੂੰ ਜੋ ਦਿਆਵੇ ਤੇਰੇ ਇਨਕਲਾਬ ਨੂੰ ਜੋ ਦਿਆਵੇ ਤੇਰੇ ਇਨਕਲਾਬ ਨੂੰ ਵਾਹ ਕੀ ਬਾਤ ਹੈ ਜਿਹੜੀ ਮਿਠਾਸ ਜਿਹੜੀ ਉਸ ਸਮੇਂ ਹਨਾ ਵੀ ਉਦੋਂ ਦੋ ਸੀ ਉਹੀ ਸੇਮ ਉਹੀ ਮਤਲਬ ਸੁਣਦੇ ਅੰਦਰੋਂ ਮਹਿਸੂਸ ਹੋ ਰਿਹਾ ਸੀਗਾ ਤੇ ਇਹ ਇਹ ਗੀਤ ਦੇ ਲਿਰਿਕਸ ਵਜੋਂ ਵੀ ਮੈਂ ਜਿਵੇਂ ਅਮਰਦੀ ਪਗਲ ਹੋਣਾ ਨੇ ਹਨਾ ਉਹਨਾਂ ਦੀ ਕਲਮ ਦੁਆਰਾ ਇਹ ਲਿਖਿਆ ਗਿਆ ਤੇ ਅੱਜ ਦੇ ਸਮਿਆਂ ਤੇ ਟੁਕਦਾ ਵੀ ਮੈਨੂੰ ਲੱਗਦਾ ਜੀ ਬਿਲਕੁਲ ਅੱਜ ਵੀ ਇਹ ਗੀਤ ਟੁਕਦਾ ਹੈ ਤੇ ਅੱਜ ਤੋਂ 10 ਸਾਲ ਪਹਿਲਾਂ ਵੀ ਇੰਨਾ ਹੀ ਟੁਕਦਾ ਸੀਗਾ ਅੱਛਾ ਮੈਨੂੰ ਆਪਾਂ ਸੰਗੀਤ ਦੀ ਗੱਲ ਕਰਦੇ ਹ ਹਨਾ ਵੀ ਉਦੋਂ ਤੁਸੀਂ ਅ uh, 2012 ਦੇ ਵਿੱਚ ਹੀ ਗੀਤ ਆ 13 ਦੇ ਵਿੱਚ ਤੁਹਾਨੂੰ ਇਹਦਾ ਜਿਹੜਾ ਅਵਾਰਡ ਵੀ ਮਿਲਿਆ ਹਨਾ ਜੀ ਤੇ ਇਹ ਤੁਹਾਡਾ ਪਹਿਲਾ ਗੀਤ ਸੀਗਾ ਮੇਰੀ ਐਲਬਮ ਸੀ ਜੀ ਇਸ਼ਕ ਮੁਹੱਬਤ ਪਿਆਰ ਹਾਂਜੀ ਹਾਂਜੀ ਉਹ ਇਹ ਮੇਰੀ ਫਰਸਟ ਐਲਬਮ ਦਾ ਗੀਤ ਸੀ ਜੀ ਇਹਨੂੰ ਬੈਸਟ ਫੀਮੇਲ ਡੈਬਿਊ ਮਿਲਿਆ ਸੀ ਪੀਟੀਸੀ ਪੰਜਾਬੀ ਅਵਾਰਡ ਮਿਲਿਆ ਸੀ ਇਹ ਇਸ ਐਲਬਮ ਦੇ ਹੋਰ ਵੀ ਕਾਫੀ ਗਾਣੇ ਹਨ ਜੀ ਹਾਂਜੀ ਹਾਂਜੀ ਤੇ ਇਹ ਮੇਰੇ ਮੇਰੀ ਸ਼ੁਰੂਆਤ ਸੀ ਔਰ ਮੈਨੂੰ ਲੱਗਦਾ ਕਿ ਸ਼ੁਰੂਆਤ ਹੀ ਬਹੁਤ ਅੱਛੀ ਸੀ ਹਮ ਉਹਨੂੰ ਤੁਹਾਡੀ ਬੜੀ ਛੋਟੀ ਜੀ ਉਮਰ ਸੀਗੀ ਹਨਾ ਹੁਣ ਜਿਵੇਂ ਆਪਾਂ ਦੇਖਦੇ ਆ ਵੀ ਹੁਣ ਕੁੜੀਆਂ ਵੱਡੀਆਂ ਹੁੰਦੀਆਂ ਨੇ ਜਿੱਦੀ ਹੁਣ ਤੁਹਾਡੀ ਉਮਰ ਆ ਹੁਣ ਜਾ ਕੇ ਕਰੀਅਰ ਸ਼ੁਰੂ ਕਰਨਗੀਆਂ ਹਨਾ ਵੀ ਇਸ ਉਮਰ ਦੇ ਵਿੱਚ ਉਦੋਂ ਬਹੁਤ ਸਾਰੀਆਂ ਬਹੁਤ ਘੱਟ ਫੀਮੇਲ ਸਿੰਗਰ ਸੀਗੀਆਂ ਉਦੋਂ ਹਨਾ ਅੱਜ ਤੋਂ 10 ਸਾਲ ਪਹਿਲਾਂ ਤੇ ਉਦੋਂ ਗਾਇਕੀ ਦੇ ਵਿੱਚ ਐਲਬਮ ਕੀਤੀ ਇੰਨਾ ਜ਼ਿਆਦਾ ਗੀਤ ਫੇਮਸ ਹੋਇਆ ਪਰ ਉਸ ਤੋਂ ਬਾਅਦ ਤੁਸੀਂ ਉਸ ਤਰੀਕੇ ਨਾਲ ਉਹ ਵੀ ਕੰਟੀਨਿਊ ਕੀਤਾ ਇੰਡਸਟਰੀ ਦੇ ਵਿੱਚ ਇੱਕ ਕੁੜੀ ਲਈ ਫੈਮਿਲੀ ਦੀ سپورਟ ਹੋਣੀ ਮੈਨੂੰ ਲੱਗਦਾ ਸਭ ਤੋਂ ਵੱਧ ਜ਼ਰੂਰੀ ਹੈ ਦੀਦੀ ਜਿੰਨਾ ਚਿਰ ਤੁਹਾਡੀ ਫੈਮਿਲੀ ਤੁਹਾਡੇ ਨਾਲ ਆ ਹਨਾ ਤੁਹਾਡੇ ਮਾਪੇ ਪਾਪਾ ਸਾਰੇ ਜਿੰਨਾ ਚਿਰ ਇਸ ਇੰਡਸਟਰੀ 'ਚ ਮੈਨੂੰ ਲੱਗਦਾ ਕਿ ਇੱਕ ਕੁੜੀ ਨੂੰ ਮਾਪਿਆਂ ਦੀ سپورਟ ਹੋਣੀ ਜੇ ਹੈਗੀ ਆ ਤਾਂ ਉਹ ਕੁੜੀ ਸਟੈਂਡ ਆ ਅਦਰਵਾਇਜ਼ ਬਹੁਤ ਥੋੜਾ ਸਮਾਂ ਹਨਾ ਹੁੰਦਾ ਔਰ ਮੇਰੀ ਫੈਮਿਲੀ ਨੇ ਇੰਨਾ ਕਾ ਜ਼ਿਆਦਾ سپورਟ ਕੀਤਾ ਮੈਂ ਬਕਾਇਦਾ ਕਲਾਸਿਕਲ 뮤직 ਦੀ ਮਾਸਟਰਸ ਕੀਤੀ ਆ ਔਰ ਮੈਂ ਹੁਣ ਉਸਤਾਦ ਗੁਰੂ ਜੀ ਮੇਰੇ ਪੂਰਨ ਸ਼ਾ ਕੋਟੀ ਜੀ ਉਹਨਾਂ ਕੋਲੋਂ ਤਾਲੀਮ ਲੈ ਰਹੀ ਆ ਔਰ ਖੋਰ ਵੀ ਕਾਫੀ ਮੇਰੇ ਗੁਰੂ ਜੀ ਜੋਨੀ ਵੀਰ ਜੀ ਸੀਗੇ ਗੁਰਵਿੰਦਰ मैम ਮਨੋਨੀਤ मैम ਔਰ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਮਾਸਟਰਸ ਕੀਤੀ ਆ ਕਾਫੀ ਮਤਲਬ ਮੈਂ ਹਮੇਸ਼ਾ ਸਾਰਾ ਤੋਂ ਜਿੱਥੋਂ ਵੀ ਮੈਨੂੰ ਸਿੱਖਣ ਨੂੰ ਮਿਲਿਆ ਮੈਂ ਸਿੱਖਿਆ ਔਰ ਮੇਰੇ ਫੈਮਿਲੀ ਦੀ ਇੰਨੀ ਕਾ ਜ਼ਿਆਦਾ ਸਪੋਰਟ ਰਹੀ ਹੈ ਮੇਰੇ ਪਾਪਾ ਨੇ ਇੰਨੀ ਇੰਨੀ ਗੱਲ ਕਹੀ ਸੀ ਕਹਿੰਦੇ ਬਸ ਤੂੰ ਸਿੱਖਣਾ ਜਿੱਥੇ ਵੀ ਉਹਨਾਂ ਨੂੰ ਉਹਨਾਂ ਨੇ ਮੈਨੂੰ ਲੈ ਕੇ ਜਾਣਾ ਮੀਂਹ ਪੈਂਦੇ ਚ ਜਿੱਥੇ ਜਿਵੇਂ ਵੀ ਉਹਨਾਂ ਨੇ ਮੈਨੂੰ ਬਹੁਤ ਸ਼ਿੱਦਤ ਨਾਲ ਮਤਲਬ ਮੇਰੇ ਤੇ ਉਹਨਾਂ ਨੇ ਵਰਕ ਕੀਤਾ ਬਹੁਤ ਮੈਨੂੰ ਸਿਖਾਇਆ ਮੈਂ ਇਸ ਵਜੋਂ ਬਹੁਤ ਲੱਖੀ ਆ ਔਰ ਉਸ ਸਮੇਂ ਵਿੱਚ ਵੀ ਕਿ ਅੱਜ ਦੇ ਸਮੇਂ ਵਿੱਚ ਵੀ ਕੁੜੀਆਂ ਲਈ ਮੈਨੂੰ ਲੱਗਦਾ ਜ਼ਿਆਦਾ ਸਟਰਗਲ ਆ ਇਸ ਇੰਡਸਟਰੀ ਤੇ ਦਬਲ ਹੋ ਜਾਂਦਾ ਹੈ ਮੁੰਡਿਆਂ ਦੇ ਨਾਲੋਂ ਤੇ ਫੈਮਿਲੀ ਦੀ ਤੁਸੀਂ ਕਹਿੰਦੇ ਹੋ ਵੀ سپورਟ ਬਹੁਤ ਰਹੀ ਹੈ ਹਨਾ ਉਸ ਤੋਂ ਬਾਅਦ ਫਿਰ ਕਾਰਨ ਇਹ ਰਹੇ ਵੀ ਫਿਰ ਮੈਰਿਜ ਦੇ ਵਿੱਚ ਉਲਝ ਗਏ ਬੱਚਾ ਚੁਲਝ ਗਏ ਤਾਂ ਕਰਕੇ ਮਤਲਬ ਇਸ ਤਰੀਕੇ ਨਾਲ ਕਰੋਨਾ ਦਾ ਵੀ ਆਇਆ ਸੀ ਦੌਰ ਉਹਦੋਂ ਵੀ ਥੋੜਾ ਗੈਪ ਪਿਆ ਹਾਂ ਮੈਰਿਜ ਤੋਂ ਬਾਅਦ ਥੋੜਾ ਤੇ ਪਰ ਹੋਰ ਵੀ ਕਾਫੀ ਗੱਲਾਂ ਹੁੰਦੀਆਂ ਨਾ ਬੇਬੀ ਹੋ ਗਈ ਸੀ ਮੇਰੇ ਫਿਰ ਥੋੜਾ ギャਪ ਤਾਂ ਹੋਇਆ ਬਸ ਤੇ ਉਹਨੇ ਕੰਟੀਨਿਊ ਕਰ ਰਹੇ ਆ ਪਰਮਾਤਮਾ ਦੀ ਮਿਹਰ ਨਾਲ ਤੁਹਾਡੇ ਵੱਡਿਆਂ ਦੇ ਸਾਰੇ ਬਲੇਸਿੰਗ ਨਾਲ ਪਰਮਾਤਮਾ ਸੁਖਰੇਗੇ ਕਾਫੀ ਗਾਣੇ ਹੁਣ ਪਾਈਪਲਾਈਨ ਚ ਨੇ ਆਪਾਂ ਕਰਾਂਗੇ ਜੀ ਜ਼ਰੂਰ ਤੇ ਅ ਅਮਰਦੀਪ ਗਿੱਲ ਉਹਨਾਂ ਨੇ ਜਿਹੜੀ ਤੁਸੀਂ ਕੈਸਟ ਕੀਤੀ ਹੈ ਤੇ ਗੀਤ ਵੀ ਹਨਾ ਉਹਨਾਂ ਦੇ ਲਿਖੇ ਹੋਏ ਸੀਗੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਨਾਲ ਕੰਟੀਨਿਊ ਨਹੀਂ ਕੀਤਾ ਹਨਾ ਵੀ ਉਹਦਾ ਕੀ ਕਾਰਨ ਰਿਹਾ ਉਹ ਦਾ ਕਾਰਨ ਇਹ ਸੀ ਜੀ ਅਮਦੀ ਪੰਕਲ ਮਤਲਬ ਚਲੇ ਗਏ ਸੀ ਮੁੰਬਈ ਉੋਂ ਆਪਣਾ ਫਿਲਮੀ ਇੰਡਸਟਰੀ ਚਲੇ ਗਏ ਔਰ ਅੱਜ ਵੀ ਉਹਨਾਂ ਦਾ ਬਹੁਤ ਨਾਮ ਔਰ ਬਹੁਤ ਅੱਛੇ ਲਿਖਾ ਦੇ ਨੇ ਉਹ ਹਨਾ ਮੈਂ ਬਹੁਤ ਹਨ ਦੀ ਰਿਸਪੈਕਟ ਕਰਦੀ ਆ ਔਰ ਉਹਨਾਂ ਸਦਕਾ ਹੀ ਅੱਜ ਮੈਂ ਜੋ ਵੀ ਆ ਮੈਨੂੰ ਲੱਗਦਾ ਮੈਂ ਉਹਨਾਂ ਕਰਕੇ ਆ ਹਨਾ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਔਰ ਉਸ ਤੋਂ ਬਾਅਦ ਥੋੜਾ ਦੌਰ ਵੀ ਚੇਂਜ ਹੋ ਗਿਆ ਹਾਂ ਜੀ ਪੰਜਾਬੀ 뮤직 ਇੰਡਸਟਰੀ ਦਾ ਪੂਰਾ ਹੀ ਦੌਰ ਚੇਂਜ ਹੋਇਆ ਹੈ ਔਰ ਉਸ ਤੋਂ ਬਾਅਦ ਮੈਂ ਬਲੂ ਵਿੰਡਸ ਐਂਟਰਟੇਨਮੈਂਟ ਪਵਨਦੀਪ ਸਿੰਘ ਪੰਨੂ ਜੀ ਜੀ ਨੇ ਉਹਨਾਂ ਨਾਲ ਕਾਫੀ ਗਾਣੇ ਕੀਤੇ ਨੇ ਜੀ ਸੌਰੀ ਗਾਣਾ ਕੀਤਾ ਜੱਟੂ ਪਟ ਕੀਤਾ ਔਰ ਹੁਣ ਹੋਰ ਵੀ ਗਾਣੇ ਪਾਈਪਲਾਈਨ ਚ ਨੇ ਕਾਫੀ ਕਰ ਰਹੀਆਂ ਜੀ ਸੌਰੀ ਗਾਣਾ ਵੀ ਤੁਹਾਡਾ ਬਹੁਤ ਸੋਹਣਾ ਗੀਤ ਹੈ ਉਹ ਵੀ ਮੈਂ ਚਾਹਨੀ ਵੀ ਤੁਸੀਂ ਸੁਣਾਓ ਜੀ ਬਿਲਕੁਲ ਉਹ ਬਿੰਦਰ ਨੱਥੂ ਮਾਜਰਾ ਵੀ ਜਿਹੜਾ ਲਿਖਿਆ ਹੋਇਆ ਸੀ ਔਰ ਜਸਕੀਜ਼ ਹੋਣਾ ਨੇ ਬਹੁਤ ਅੱਛਾ ਮਿਊਜ਼ਿਕ ਕੀਤਾ ਸੀ ਔਰ ਕਾਫੀ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਔਰ ਹੁਣ ਹੀ ਰੀਸੈਂਟਲੀ ਉਹਦੇ ਵਿਊਜ਼ 14 ਕਰੋੜ ਵਿਊਜ਼ ਹੋਏ ਨੇ ਹਨਾ ਔਰ ਸਾਰਿਆਂ ਦਾ ਮੈਂ ਥੈਂਕ ਯੂ ਕਰਦੀ ਆ ਪਲੀਜ਼ ਤੁਸੀਂ ਇਦਾਂ ਹੀ ਮੇਰੇ ਗਾਣਿਆਂ ਨੂੰ ਪਿਆਰ ਦਿੰਦੇ ਰਹੋ ਔਰ ਦੋ ਲੈਣਾ ਉਹਦੀ ਤੁਹਾਡੇ ਨਾਲ ਸਰ ਹਰ ਵੇਲੇ ਅਕੜਾ ਚਰੇਣ ਵਾਲਿਆ ਕਦੀ ਹੋਰ ਤੂੰ ਕਰੀ ਮੇਰਾ ਵੀ ਤੇ ਦਿਲ ਹੋਣਾ ਬਹੁਤ ਦੁਖਦਾ ਤਾਂ ਵੀ ਜਾਨੀਆਂ ਜਰੀ ਹਰ ਇੱਕ ਤੇਰੀ ਮੈਂ ਤੇ ਗਲ ਵੈਰੀਆ हस सैड वाली सी हसण बोली सी हुन वख होए ता तू बेके सोच लेई तेरी गलती ते मैं सॉरी कैण वाली सी हुन वख होए ता तू बेके सोच लेई तेरी गलती ते मैं सोरी कह सी हां कह सी तेरे पीछे बैठ गई मैं सारे या तो के पता नहीं सी तुयो तुर जाना मैन के तेरे पीछे बैठ गई ਮੇ ਸਾਰਿਆ ਤੋਂ ਟੁੱਟ ਕੇ ਵਿਪਤੋਨੀ ਸੀ ਤੂੰ ਯਾ ਡਰ ਜਾਣਾ ਮੈਨੂੰ ਲੁੱਟ ਕੇ ਬੀਤ ਗਏ ਸਮੇਤ ਚਾਹਤੀ ਮਰ ਵੇਖ ਲਈ ਤੇਰੀ ਹੀ ਰਜ਼ਾ ਚ ਖੁਸ਼ ਰਣ ਵਾਲੀ ਸੀ ਹਰਣ ਵਾਲੀ ਸੀ ਹੁਣ ਵਕ ਹੋਏ ਤੋ ਤਬੇ ਕੇ ਸੋਚ ਲਈ ਤੇਰੀ ਗਲਤੀ ਤੇ ਮੈਂ ਸੌਰੀ ਕਹਿਣ ਵਾਲੀ ਸੀ ਹਾਂ ਕਹਿਣ ਵਾਲੀ ਸੀ ਹਾਈ 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 ਵਾਹ ਬਹੁਤ ਖੂਬਸੂਰਤ ਗੀਤ ਮੈਂ ਬਹੁਤ ਵਾਰ ਸੁਣਿਆ ਹੈਗੀ ਥੈਂਕ ਯੂ ਜੀ ਮੀਨੂ ਜਿਵੇਂ ਤੁਸੀਂ ਕਿਹਾ ਹਨ ਵੀ ਕੁੜੀਆਂ ਦੇ ਲਈ ਸਟਰਗਲ ਡਬਲ ਹੋ ਜਾਂਦਾ ਹੈ ਤੇ ਇਸੇ ਗੱਲ ਚੋਂ ਹੀ ਮੈਂ ਦੁਬਾਰਾ ਇਹ ਪੁੱਛਣਾ ਚਾਹੁੰਦੀ ਆ ਵੀ ਕਾਫੀ ਲੰਬਾ ਸਮਾਂ ਹੋ ਗਿਆ ਤੁਸੀਂ ਵੀ ਕਰ ਰਹੇ ਹੋ ਭਾਵੇਂ ਵਿੱਚ ਦੀ ਨਹੀਂ ਹੁ ਮੈਂ ਕੰਟੀਨਿਊ ਕੀਤਾ ਤੇ ਕਿਵੇਂ ਜਿਦਾ ਲੱਗਦਾ ਵੀ ਇੰਡਸਟਰੀ ਦੇ ਵਿੱਚ ਕੋਈ ਇਦਾਂ ਦਾ ਕੋਈ ਵਾਅ ਪਿਆ ਹੋਵੇ ਜਾਂ ਇਸ ਤਰੀਕੇ ਨਾਲ ਤੁਹਾਨੂੰ ਲੱਗਦਾ ਹੋਵੇ ਵੀ ਆਹ ਹਰਡਲਸ ਆ ਜਿਹੜੀਆਂ ਵੀ ਜੇ ਮੈਂ ਮੁੰਡਾ ਹੁੰਦੀ ਤਾਂ ਵੀ ਮੇਰੀ ਮੇਰੇ ਰਾਹ 'ਚ ਆਹ ਦਿੱਕਤਾਂ ਨਹੀਂ ਆਉਣੀ ਸੀ ਵੀ ਜਿਹੜੀਆਂ ਕੁੜੀ ਹੋਣ ਕਰਕੇ ਆ ਗਈਆਂ ਸਭ ਤੋਂ ਵੱਡੀ ਗੱਲ ਤਾਂ ਮੈਂ ਕਹਿੰਨੀ ਆ ਗਾਣੇ ਦੀ ਚੋਣ ਹੂੰ ਸਭ ਇੱਕ ਕੁੜੀ ਮਤਲਬ ਮੈਂ ਆਪਣੇ ਤੇ ਨਹੀਂ ਆਪਣੇ ਤੇ ਨਹੀਂ ਲਗਾ ਰਹੀ ਸਾਰੀਆਂ ਕੁੜੀਆਂ ਨੂੰ ਜਿਹੜੇ ਇੰਡਸਟਰੀ ਚ ਫੀਮੇਲ ਸਿੰਗਰਸ ਨੇ ਸਭ ਦੀ ਆਪਣੀ ਆਪਣੀ ਸੋਚ ਆ ਸਭ ਦਾ ਆਪਣਾ ਆਪਣਾ ਤਰੀਕਾ ਇੰਡਸਟਰੀ ਚ ਰਹੰਦਾ ਆ ਨਾ ਕੰਮ ਕਰਨ ਦਾ ਮੇਰੀ ਸ਼ੁਰੂਤੋਂ ਹੀ ਸੋਚ ਇਦਾਂ ਦੀ ਰਹੀ ਆ ਮੇਰੀ ਮਤਲਬ ਮੇਰੇ ਇਦਾਂ ਦਾ ਕਿ ਮੈਂ ਆ ਗਾਣਾ ਆ ਵੀ ਨਹੀਂ ਗਾਣਾ ਇਸ ਕਰਕੇ ਵੀ ਸ਼ਾਇਦ ਮੇਰਾ ਮੈਨੂੰ ਲੱਗਦਾ ਮੇਰਾ ਬਹੁਤ ਗੈਪ ਪਿਆ ਮੈਨੂੰ ਇਹੀ ਹੁੰਦਾ ਕਿ ਆ ਗਾਣਾ ਮੇਰੇ ਮੇਰੇ ਲਈ ਬਣਿਆ ਆ ਗਾਣਾ ਮੇਰੇ ਲਈ ਨਹੀਂ ਬਣਿਆ ਮੈਂ ਨਹੀਂ ਗਾਣਾ ਬਹੁਤ ਬਹੁਤ ਕੁਝ ਮਤਲਬ ਮੈਂ ਛੱਡਤਾ ਕਿ ਮੈਂ ਨਹੀਂ ਗਾਣਾ ਤਾਂ ਮੈਂ ਨਹੀਂ ਗਾਣਾ ਹੈਨਾ ਅੱਛਾ ਹੁਣ ਜਿੱਦਾਂ ਦੇ ਗਾਣੇ ਚੱਲ ਰਹੇ ਨੇ ਕਾਫੀ ਆਫਰਸ ਵੀ ਆਉਂਦੇ ਨੇ ਇਹ ਨਹੀਂ ਕਿ ਕਾਫੀ ਵੀ ਆਫਰਸ ਨਹੀਂ ਆਉਂਦੇ ਬਿਲਕੁਲ ਸੌਂਗ ਜਿਵੇਂ ਅੱਜ ਕੱਲ ਕਾਫੀ ਚੱਕ ਮੀਤੇ ਇਦਾਂ ਦੇ ਹੈਨਾ ਬਿਲਕੁਲ ਹਾਂਜੀ ਬਹੁਤ ਅੱਛੇ ਵੀ ਨੇ ਮੈਂ ਨਹੀਂ ਕਹਿੰਦੀ ਕਿ ਸਾਰੇ ਮਾੜੀ ਨੇ ਤਕਰੀਬਨ ਹੈਨਾ ਪਰ ਜੋ ਦੌਰ ਚੱਲ ਰਿਹਾ ਮੈਨੂੰ ਲੱਗਦਾ ਕਿ ਜੇ ਕਰਨਾ ਤਾਂ ਕੁਝ ਇਦਾਂ ਦਾ ਕਰੋ ਕਿ ਸੇਧੋ ਸੇਧ ਦਿਓ ਅੱਛਾ ਕਰੋ ਅਦਰਵਾਈਜ਼ ਨਾ ਕਰੋ ਬਹਿ ਜਾ ਜੇ ਠੀਕ ਹੈ ਕੁੜੀ ਲਈ ਮੇਰੇ ਲਈ ਮੈਨੂੰ ਲੱਗਦਾ ਕਿ ਮੇਰੇ ਲਈ ਗਾਣੇ ਦੀ ਚੋਣ ਸਭ ਤੋਂ ਵੱਡੀ ਗੱਲ ਆ ਹਾਂ ਇਹਦੇ ਵਿੱਚ ਮੁਸ਼ਕਲ ਆਉਂਦੀ ਹੈ ਹਾਂਜੀ ਮੈਂ ਇਹਨੇ ਇੱਕ ਗਾਣਾ ਕੀਤਾ ਸੀ ਸੋਹਣਾ ਤੇ ਸੁਨੱਖਾ ਜੱਟ ਧੂੜ ਪੱਟ ਔਰ ਮੈਂ ਨਾ ਪਿਛਲੇ ਇੱਕ ਇੰਟਰਵਿਊ ਤੇ ਇਹ ਕਿਹਾ ਕਿ ਮੈਂ ਮਤਲਬ ਜਾਤੀ ਵਾਤੇ ਕੋਈ ਗਾਣਾ ਨਹੀਂ ਗਾਉਣਾ ਉਹ ਹੈਪੀ ਰਾਈ ਕੋਟੀ ਹੁਣ ਉਹਦੇ ਲਿਖਿਆ ਹੋਇਆ ਗਾਣਾ ਸੀ ਔਰ ਇਹਦੀ ਚੇਹੀ ਸੀ ਕਿ ਸੋਣਾ ਤੇ ਸੁਨੱਖਾ ਉਤੋਂ ਜੱਟ ਸੋਣੇ ਵੀ ਜੱਟ ਕਾਦਾ ਜਮਾ ਤੂੜ ਪੱਟ ਸੋਣੇ ਆ ਬਸ ਇੰਨੀ ਕੀ ਗੱਲ ਸੀ ਕਿ ਮੈਨੂੰ ਕਮੈਂਟਸ ਆਏ ਕਿ ਹਾਂ ਤੁਸੀਂ ਇਹ ਗਾਣਾ ਵੀ ਤੁਸੀਂ ਤਾਂ ਜਾਤੀਵਾਦ ਨੂੰ ਬਹੁਤ ਅੱਛਾ ਕਰਦੇ ਸੀ ਕਿ ਜੱਟ ਤੂੜ ਪਰ ਉਹ ਗਾਣਾ ਇੰਨਾ ਕਾ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਮੈਂ ਕਹਿੰਦੀ ਤੁਸੀਂ ਸੋਚ ਨਹੀਂ ਸਕਦੇ ਹਨ ਤੇ ਪਰ ਇਹ ਆ ਕਿ ਵੀ ਮੇਰਾ ਉਦਾਂ ਦਾ ਕੋਈ ਇਹ ਨਹੀਂ ਸੀ ਕਿ ਮੈਂ ਪਰਟੀਕੂਲਰ ਇੱਕ ਜੱਟ ਨੂੰ ਜਾਂ ਉਦਾਂ ਹਨ ਸਾਰੇ ਆਪਣਾ ਇੱਕ ਭਾਈਚਾਰਾ ਸਭ ਮਤਲਬ ਉਹ ਨੇ ਹਨ ਪਰ ਇਹ ਮੈਨੂੰ ਮੈਨੂੰ ਇਹ ਲੱਗਦਾ ਸੀ ਕਿ ਇਹ ਇੰਨੀ ਕ ਲੈਣ ਵੀ ਮੈਨੂੰ ਗਾਉਂਦੇ ਹੋ ਡਰ ਲੱਗ ਰਿਹਾ ਸੀ ਕਿ ਮੈਂ ਗਾਵਾਂ ਨਾ ਗਾਵਾਂ ਗਾਵਾਂ ਨਾ ਗਾਵਾਂ ਉਹ ਮੈਨੂੰ ਸਾਰਿਆਂ ਨੇ ਇਦਾਂ ਕਿਹਾ ਵੀ ਇੰਨੇ ਕੀਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਬਾਕੀ ਸਾਰਾ ਗਾਣਾ ਤਾਂ ਪਰ ਫਿਰ ਵੀ ਉਹ ਮਤਲਬ ਇੱਕ ਇਦਾਂ ਦਾ ਸੀ ਵੀਡੀਓ ਸ਼ੂਟ ਉਹਦਾ ਇਦਾਂ ਦਾ ਕੀਤਾ ਕਿ ਇੱਕ ਪਰਿਵਾਰ ਚ ਬੈਠ ਕੇ ਤੁਸੀਂ ਮੇਰੇ ਸਾਰੇ ਗਾਣੇ ਜਿੰਨੇ ਵੀ ਸੁਣੋਗੇ ਤੁਸੀਂ ਪਰਿਵਾਰ ਚ ਬੈਠ ਕੇ ਸੁਣੋਗੇ ਔਰ ਪਰਿਵਾਰ ਚ ਬੈਠ ਕੇ ਗਾ ਸਕੋਗੇ ਇਹ ਮੈਂ ਆਪਣੀ ਆਡੀਅנס ਨਾਲ ਸਾਰਨਾ ਪ੍ਰੋਮਿਸ ਕਰਦੀ ਆ ਕਿ ਮੈਂ ਜੋ ਵੀ ਗਾਣਾ ਦੇਵਾਂਗੀ ਮੈਂ ਆਪਣੇ ਰੌਸ਼ਨ ਪ੍ਰਿੰਸ ਹੋਣਾਂ ਦੀ ਮੂਵੀ ਸੀ ਜੀ ਕਿਰਪਾਨ ਜੀ ਦੁਸ਼ਰੀਵ ਜੀ ਉਹਨਾਂ ਨਾਲ ਮੇਰਾ ਡਿਊਟ ਸੀ ਉਹਦੇ ਚ ਵੀ ਮੈਂ ਗਾਇਆ ਸੁਤਤਾਨਾਗ ਅਮਰ ਦੀ ਪੰਕਲ ਉਹਨਾਂ ਦੀ ਮੂਵੀ ਸੀ ਕਾਫੀ ਕਾਣੇ ਚ ਮੈਂ ਪਲੇ ਬੈਕ ਕੀਤਾ ਔਰ ਮਾਲਕ ਦੀ ਮਹਿਨ ਨਾਲ ਹੁਣ ਵੀ ਕਰ ਰਹੇ ਹਾਂ ਹੋਰ ਵੀ ਔਰ ਮੇਰਾ ਮਤਲਬ ਇਹ ਰਹਿੰਦਾ ਕਿ ਮੈਂ ਜੋ ਵੀ ਗਾਵਾਂ ਥੋੜਾ ਇਹ ਕੁਛ ਨੌਜਵਾਨ ਪੀੜ੍ਹੀ ਨੂੰ ਕੋ ਸੇਧ ਦੇਣ ਵਾਲਾ ਜਾਂ ਕੁਛ ਅੱਛਾ ਗਾਵਾ ਬਸ ਸ਼ੁਰੂ ਤੇ ਹੀ ਹੁੰਦਾ ਜੀ ਅੱਛਾ ਸੁਣਨ ਵਾਲੇ ਹੈਗੇ ਨਹੀਂ ਮਤਲਬ ਚਲੋ ਕਿਤੇ ਨਾ ਕਿਤੇ ਸਾਡੀ ਜਿਹੜੇ ਚੰਗਾ ਸੁਣਨ ਵਾਲੇ ਲੋਕ ਆ ਉਹਨਾਂ ਵੱਲੋਂ ਸ਼ਿਕਵਾ ਤਾਂ ਕੀਤਾ ਜਾਂਦਾ ਹੈ ਕਿ ਕੱਟ ਨੇ ਪਰ ਹੈਗੇ ਨਹੀਂ ਮਤਲਬ ਮੈਨੂੰ ਲੱਗਦਾ ਵੀ ਸੰਗੀਤ ਪ੍ਰੇਮੀ ਲੋਕਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਤੇ ਇਹ ਮੈਨੂੰ ਵੀ ਕਿਤੇ ਨਾ ਕਿਤੇ ਸ਼ਿਕਵਾ ਰਹਿੰਦਾ ਹੁੰਦਾ ਕਿਉਂਕਿ ਜ਼ਿਆਦਾਤਰ ਜੇ ਆਪਾਂ ਗਾਇਕਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਉਹ ਆਡੀਅנס ਤੇ ਜ਼ਿਆਦਾ ਸਿੱਟ ਦਿੰਦੇ ਆ ਕਿ ਐਵੇਂ ਦੇ ਗੀਤ ਤਾਂ ਕੋਈ ਸੁਣਦਾ ਨਹੀਂ ਐਵੇਂ ਦੇ ਹਨਾ ਪਰ ਮੈਨੂੰ ਲੱਗਦਾ ਵੀ ਹੈਗੇ ਨੇ ਚੰਗਾ ਸੁਣਨ ਵਾਲੇ ਜੇ ਜੇ ਆਪਾਂ ਜਿੱਦਾਂ ਦਾ ਆਪਾਂ ਪਰੋਸਾਂਗੇ ਦੀਦੀ ਉਦਾਂ ਦਾ ਸੁਣਨ ਲੋਕਾਂ ਦਾ ਟੇਸਟ ਵੀ ਉਹਵੇਂ ਦਾ ਡਾ ਹ ਜਿੱਦਾਂ ਦਾ ਆਪਾਂ ਉਹਨਾਂ ਨੂੰ ਦੇ ਦਾਂਗੇ ਉਹਨਾਂ ਨੇ ਤਾਂ ਵਿਚਾਰੇ ਨੇ ਸੁਣਨਾ ਸੁਣਨਾ ਹਨਾ ਇਹ ਆ ਕਿ ਬਹੁਤ ਐਕਚੁਅਲੀ ਉਹ ਮੈਨੂੰ ਲੱਗਦਾ ਉਹ ਜ਼ਿਆਦਾ ਹੋ ਗਈ ਉਹ ਕਾਊਂਟਿੰਗ ਜ਼ਿਆਦਾ ਹੋ ਗਈ ਉਧਰ ਹਨਾ ਕੰਨਾਂ 'ਚ ਫਿਰ ੱੱਕੇ ਨਾਲ ਪੈਂਦੇ ਨਾ ਉਹ ਫਿਰ ਉਹਨਾਂ ਨੇ ਸੁਣਨਾ ਹੀ ਆ ਉਹ ਵਿਚਾਰੇ ਖੁਸ਼ ਹੁਣ ਇੰਟਰਟੇਨਮੈਂਟ ਤਾਂ ਜ਼ਰੂਰੀ ਆ ਬਸ ਰੱਬ ਦਾ ਨਾਮਾ ਹੁਣ ਤਾਂ ਮਹਾਰਾਜ ਇਹ ਇਹ ਕਹਿੰਦੀ ਹੈ ਕਿ ਜਿੰਨੇ ਕੁ ਵੀ ਬੱਚੇ ਨੇ ਅੱਛੀ ਗਾਇਕੀ ਬੱਚੀ ਹੈ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਔਰ ਉਹ ਇੰਡਸਟਰੀ ਚ ਹਮੇਸ਼ਾ ਕੰਮ ਕਰਦੇ ਰਹਿਣ ਤੇ ਸਾਰਿਆਂ ਨੂੰ ਮਾਲਕ ਸਤ ਬਖਸ਼ੇ ਬੰਦ ਇੰਡਸਟਰੀ ਲਈ ਇਹ ਹੀ ਵੀਰੀ ਦੁਆ ਜੀ ਤੇ ਕਿਆ ਅਵਲੋਂ ਤੁਹਾਨੂੰ ਬਹੁਤ ਸਪੋਰਟ ਮਿਲੀ ਤੇ ਸੋਰਾ ਫੈਮਿਲੀ ਕਿਵੇਂ ਆ ਅੱਛੇ ਨੇ ਹਾਂਜੀ ਸਪੋਰਟਿਵ ਨੇ ਹਸਬੈਂਡ ਬਹੁਤ ਸਪੋਰਟਿਵ ਨੇ ਔਰ ਫਾਦਰ ਇਨ ਲਾ ਮادری ਲਾ ਦੀ ਹੁਣੀ ਰੀਸੈਂਟਲੀ ਡੈਥ ਹੋਈ ਆ ਜੀ ਸਪੋਰਟਿਵ ਨੇ ਬਦਿਆ ਨੇ ਦੀ ਜਤ ਜਤ ਮਤਲਬ ਫਰਕ ਲੱਗਦਾ ਵੀ ਹਾਂ ਵੀ ਪੇਕੇ ਫੈਮਿਲੀ ਚ ਜਾ ਮੈਰਿਜ ਨਾ ਹੋਈ ਹੁੰਦੀ ਤਾਂ ਹਾਂ ਚੀਜ਼ਾਂ ਮੈਂ ਕਰ ਲੈਂਦੀ ਜਾਂ ਫਿਰ ਜਿੰਮੇਵਾਰੀਆਂ ਤੇ ਪੈ ਹੀ ਜਾਂਦੀਆਂ ਨੇ ਮੈਰਿਜ ਤੋਂ ਬਾਅਦ ਬਹੁਤ ਸਾਰੀਆਂ ਚੇਂਜ ਤਾਂ ਹੁੰਦਾ ਹੀ ਆ ਮੈਨੂੰ ਲੱਗਦਾ ਇੱਕ ਕੁੜੀ ਦੀ ਲਾਈਫ ਚ ਤਾਂ ਚੇਂਜ ਆਉਂਦਾ ਹੀ ਆ ਹਾਂ ਆਉਂਦਾ ਹਾਂ ਪੇਕੇ ਕਰੇ ਤੁਸੀਂ ਕੋਈ ਸ਼ੋਰ ਹੁੰਨੇ ਹੋ ਸਾਰਿਆਂ ਕਰੇ ਸਾਰੇ ਜ਼ਿੰਮੇਵਾਰੀ ਤੁਹਾਡੇ ਤੇ ਪੈ ਜਾਂਦੀ ਹੈ ਪਰ ਇਹ ਇਹ ਦੌਰ ਹੁਣ ਬਹੁਤ ਜ਼ਰੂਰੀ ਹੈ ਇੱਕ ਜ਼ਰੂਰੀ ਤਾਂ ਹੈ ਜੀ ਬਹੁਤ ਕੁਝ ਸਿੱਖਣ ਨੂੰ ਤੁਹਾਡੀ ਜ਼ਿੰਦਗੀ ਚ ਮੈਂ ਕਹਿੰਨੀ ਆ ਹੁਣ ਜੋ ਮੈਂ ਬੋਲ ਰਹੀ ਆ ਹਾਂ ਹਰ ਇੱਕ ਚੀਜ਼ ਤੁਹਾਨੂੰ ਐਕਸਪੀਰੀਅੰਸ ਮਤਲਬ ਇੱਕ ਕੁੜੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਕੁਝ ਸਿੱਖਣਾ ਮਿਲਦਾ ਬਹੁਤ ਕੁਝ ਤੁਸੀਂ ਜੀ ਹਰ ਚੀਜ਼ੋਂ ਸਿੱਖੋ ਸਾਨੂੰ ਕੁਝ ਨਾ ਕੁਝ ਦੇਖ ਕੇ ਜਾਂਦੇ ਇਸ ਖਾ ਕੇ ਜਾਂਦੇ ਬਿਲਕੁਲ ਬਿਲਕੁਲ ਹੋਰ ਕਿਹੜਾ ਗੀਤ ਸਾਡੇ ਨਾਲ ਸਾਂਝਾ ਕਰੋਗੇ ਹਾਂ ਤੁਸੀਂ ਜੋ ਕੋ ਤੁਸੀਂ ਆਪਣੀ ਪਸੰਦ ਦਾ ਕੋਈ ਗੀਤ ਚਲ ਠੀਕ ਹੈ ਜੱਟ ਤੁਰ ਪੱਟ ਸੁਣਾ ਦਿਨੀ ਸੁਣਾਓ ਹਾਂ ਜੀ ਸੋਹਣੇ ਦੇ ਸੁਨ ਗਾਉ ਤੋਂ ਜੱਟ ਸੋਹਣਿਆ ਵੇ ਜੱਟ ਕਾ ਦਾ ਜਮ ਤੁਰ ਪੱਟ ਸੋਹਣਿਆ ਕਈਆਂ ਦੀ ਸਵੇਰ ਚੜਦੀ ਅਵੇ ਕਿਤੇ ਨਾ ਤੁਪ ਰੰਗਾ ਮੂਵੇ ਹੋਰ ਕਿਤੇ ਨਾ ਕਿਯਾਰੀਆਂ ਚੰਨਾ ਚੰਨ ਹੀ ਨਾ ਚੜ੍ਹਦੀ ਤੂੰ ਵੇ ਰੱਬ ਜਿ ਡਮਣ ਤੇਰੇ ਤੇ ਤੇਰਾ ਨਾਮ ਲੈਂਦਾ ਮੇਰਾ ਨੂ ਨੂ ਵੇ ਵਾਹ ਕੀ ਅੱਛਾ ਮੀਨੂੰ ਤੁਸੀਂ ਜਿਵੇਂ ਬਹੁਤ ਸਾਰੇ ਇਹੋ ਜਿਹੇ ਗੀਤ ਹੋਣਗੇ ਤੁਹਾਡੇ ਕੋਲੇ ਜਿਹੜੇ ਰਿਕਾਰਡ ਨਹੀਂ ਹੋਏ ਹੋਣੇ ਹਨ ਅਨਰਿਕਾਰਡਡ ਗੀਤ ਕੋਈ ਇਹੋ ਜਿਹਾ ਗੀਤ ਜਿਹੜਾ ਤੁਹਾਨੂੰ ਲੱਗਦਾ ਹੋਵੇ ਵੀ ਆ ਮੈਂ ਜ਼ਰੂਰ ਸਾਂਝਾ ਕਰਨਾ ਚਾਹਨੀ ਆ ਹਾਂਜੀ ਇੱਕ ਗੀਤ ਮੇਰੇ ਅਮਰਦੀਪ ਪੰਕਲ ਗਿੱਲੋਂ ਨੇ ਲਿਖਿਆ ਹੋਇਆ ਗੀਤ ਕਿਸ ਕੰਮ ਦੀ ਜਵਾਨੀ ਹੂੰ ਔਰ ਮੈਂ ਚਾਹਨੀਆ ਕਿ ਆਉਣ ਵਾਲੇ ਸਮੇਂ ਚ ਵੀ ਮੈਂ ਇਹ ਰਿਕਾਰਡ ਕਰਾਂ ਔਰ ਸਾਰੇ ਸ੍ਰੋਤ ਚੈਨਲ ਨਾਲ ਸਾਂਝਾ ਕਰਾਂ ਉਧੇੰਦੋ ਲੈ ਨਾ ਅੰਦੀ ਜੜੀ ਕੋਮਲਈ ਨਵਾਰੀ ਕਿਸ ਕੰਮ ਦੀ ਜਵਾਨੀ ਐ ਕਿਸ ਕੰਮ ਦੀ ਜਵਾਨੀ ਜਿਹੜੀ ਸੌ ਕੇ ਰੋਜ਼ guzari ਕਿਸ ਕੰਮ ਦੀ ਜਵਾਨੀ ਏ ਕਿਸ ਕੰਮ ਦੀ ਜਵਾਨੀ ਤੇ ਜਿਹੜੀ ਪਈ ਨਸ਼ਿਆ ਦੀ ਮਾਰੀ ਕਿਸ ਕੰਮ ਦੀ ਜਵਾਨੀ ਏ ਕਿਸ ਕੰਮ ਦੀ ਜਵਾਨੀ ਜਿਦਿਆਂ ਰਗਾਂ ਚ ਕੋਈ ਅੱਗ ਨਹੀਂ ਬਲਦੀ ਜੇ ਦੇਖੂਨ ਵਿੱਚ ਕੋਈ ਲਹਿਰ ਨਹੀਂ ਚੱਲਦੀ ਜਿਦਿਆਂ ਰਗਾਂ 'ਚ ਕੋਈ ਅੱਗ ਨਹੀਂ ਬਲਦੀ ਜਿਦੇ ਖੂਨ ਵਿੱਚ ਕੋਈ ਲਹਿਰ ਨਹੀਂ ਚੱਲਦੀ ਤੇ ਜੀਦਿਕ ਫਸੇ ਨਾ ਕਿਤੇ ਗਰਾਰੀ ਕਿਸ ਕੰਮ ਦੀ ਜਵਾਨੀ ਐ ਕਿਸ ਕੰਮ ਦੀ ਜਵਾਨੀ ਆ ਜਿਹੜੀ ਪਈ ਨਸ਼ਿਆਂ ਦੀ ਮਾਰੀ ਕਿਸ ਕੰਮ ਦੀ ਜਵਾਨੀ ਐ ਕਿਸ ਕਮ ਦੀ ਜਵਾਨੀ ਬਹੁਤ ਖੂਬਸੂਰਤ ਗੀਤ ਹੈ ਇਹ ਰਿਕਾਰਡ ਹੋਣਾ ਚਾਹੀਦਾ ਜੀ ਮੈਨੂੰ ਲੱਗਦਾ ਵੀ ਤੁਸੀਂ ਜ਼ਰੂਰ ਰਿਕਾਰਡ ਕਰਵਾਓ ਤੁਹਾਡੀ ਬਲੇਸਿੰਗਸ ਨਹੀਂ ਹੈ ਤਾਂ ਅਸੀਂ ਜ਼ਰੂਰ ਇਹ ਗਾਣਾ ਬਹੁਤ ਜਲਦੀ ਤੁਹਾਡੇ ਰੂਟੋਂ ਲੈ ਕੇ ਆਵਾਂਗੇ ਸੋ ਮੈਨੂੰ ਬਹੁਤ ਸ਼ੁਕਰੀਆ ਤੁਹਾਡਾ ਤੇ ਹੋਰ ਆਉਣ ਵਾਲੇ ਗੀਤ ਜੇ ਮੈਂ ਪੁੱਛਾਂ ਵੀ ਕਿਹੜੇ-ਕਿਹੜੇ ਗੀਤ ਕੋਈ ਖਾਸ ਗੀਤ ਜਿਹੜੇ ਸੁਣਨ ਨੂੰ ਮਿਲਣਗੇ ਸਾਨੂੰ ਜੀ ਕਾਫੀ ਸੌਂਗਸ ਨੇ ਪਾਈਪਲਾਈਨ 'ਚ ਨੇ ਔਰ ਮਾਰਾ ਸੁੱਖ ਰੱਖੇ ਹਮ ਮੇਰਾ ਬੇਬੀ ਥੋੜਾ ਛੋਟਾ ਸੀ ਉਹਦੇ ਕਰਕੇ ਥੋੜਾ ਗੈਪ ਪੈ ਗਿਆ ਨਾ ਔਰ ਵਧੀਆ ਵਧੀਆ ਗਾਣੇ ਤੁਹਾਡੀ ਨਜ਼ਰ ਲੈ ਕੇ ਆਵਾਂਗੇ ਜੀ ਸੋ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢਿਆ ਹਾਲਾਂਕਿ ਬਹੁਤ ਸਮੇਂ ਤੋਂ ਅਸੀਂ ਗੱਲ ਕਰ ਰਹੀ ਸੀ ਇਹਨਾਂ ਦੇ ਦੋ ਬੇਬੀਜ਼ ਨੇ ਇੱਕ ਬਹੁਤ ਛੋਟਾ ਤੇ ਉਹ ਵੀ ਹੁਣ ਪਾਸੇ ਕੋਈ ਉਹਨੂੰ ਖੜਾ ਰਿਹਾ ਤੇ ਉਹਦੇ ਵਿੱਚੋਂ ਸਮਾਂ ਕੱਢ ਕੇ ਇੰਟਰਵਿਊ ਕਰ ਰਹੇ ਹਾਂ ਸੀ ਤੇ ਉਹਦੇ ਲਈ ਬਹੁਤ ਨਹੀਂ ਤੁਸੀਂ ਸਮਾਂ ਕੱਢ ਕੇ ਆਏ ਮੇਰੇ ਲਈ ਮੈਨੂੰ ਬਹੁਤ ਅੱਛਾ ਲੱਗਿਆ ਔਰ ਆਜ਼ਾਦ ਟੀਵੀ ਔਰ ਮੇਰੇ ਦੀਦੀ ਜੈਸਮੀ ਮੈਨੂੰ ਜੀ ਔਰ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਔਰ ਜਿਨ੍ਹਾਂ ਨੇ ਮੈਨੂੰ ਯਾਦ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰੀਆ